ਮੇਲੇ ਤੇ ਨਹੀਂ ਭੇਜਿਆ ਪੁੱਤ ਤਾਂ ਹੋ ਗਈ ਵੱਡੀ ਵਾਰਦਾਤ। ਪੁੱਤ ਦੇ ਦੋਸਤਾਂ ਨੇ ਕੀਤਾ ਦੋਸਤ ਦੇ ਪਿਤਾ ਦਾ ਕਤਲ। ਘਰ ਦੇ ਵਿੱਚ ਵੜ ਕੇ ਮਾਰੀਆਂ ਢਿੱਡ 'ਚ ਕਿਰਚਾਂ। ਸਕੂਲ ਦੇ ਵਿੱਚ ਪੜ੍ਹਦੇ ਨੇ ਸਾਰੇ ਹਥਿਆਰੇ। ਪੁੱਤ ਨੂੰ ਮੇਲੇ ਤੇ ਜਾਣ ਲਈ ਰੋਕਿਆ ਤਾਂ ਪੁੱਤ ਦੇ ਦੋਸਤਾਂ ਦੇ ਵੱਲੋਂ ਘਰ ਆ ਕੇ ਆਪਣੇ ਹੀ ਦੋਸਤ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਰ ਦੇ ਵਿੱਚ ਵੜ ਕੇ ਇਹ ਵਾਰਦਾਤ ਕੀਤੀ ਗਈ। ਮਾਮਲਾ ਅਜਨਾਲਾ ਦੇ ਪਿੰਡ ਤਲਵੰਡੀ ਭਾਂਗਵਾਂ ਤੋਂ ਸਾਹਮਣੇ ਆਇਆ। ਦੋ ਦੋਸਤ ਇਕੱਠੇ ਸਕੂਲ ਪੜ੍ਹਦੇ ਸੀ ਤਾਂ ਉਹਨਾਂ ਦੇ ਵੱਲੋਂ ਮੇਲੇ ਤੇ ਜਾਣ ਦਾ ਪਲਾਨ ਬਣਾਇਆ ਗਿਆ। ਦੋਸਤ ਨੇ ਫੋਨ ਕੀਤਾ ਤਾਂ ਉਸਦੇ ਪਿਤਾ ਨੇ ਚੱਕਿਆ। ਪਿਤਾ ਨੇ ਕਿਹਾ ਕਿ ਉਹ ਮੇਲੇ ਤੇ ਨਹੀਂ ਜਾਵੇਗਾ। ਇੰਨੇ ਨੂੰ ਪੁੱਤ ਦੇ ਦੋਸਤ ਘਰ ਆ ਗਏ ਜਿਨ੍ਹਾਂ ਨੇ ਆਪਣੇ ਹੀ ਦੋਸਤ ਦੇ ਪਿਤਾ ਜੋਗਿੰਦਰ ਸਿੰਘ ਦੇ ਢਿੱਡ ਦੇ ਵਿੱਚ ਕਿਰਚ ਮਾਰ ਕੇ ਉਸਦਾ ਕਤਲ ਕਰ ਦਿੱਤਾ। ਜਿਸ ਨੂੰ ਲੈ ਕੇ ਹਰਪ੍ਰੀਤ ਸਿੰਘ ਦਾ ਦੋਸਤ ਵਿਸ਼ਾਲਦੀਪ ਸਿੰਘ ਗੁੱਸੇ ਦੇ ਵਿੱਚ ਆ ਗਿਆ ਸੀ। ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਹਰਪ੍ਰੀਤ ਸਿੰਘ ਦੇ ਘਰ ਜਾ ਕੇ ਉਸਦੇ ਪਿਤਾ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ, ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਔਰ ਉਸਦੀ ਮੌਕੇ ਤੇ ਹੀ ਮੌਤ ਹੋ ਗਈ, ਜਿਸ ਨੂੰ ਅਜਨਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਹੈ, ਜਿੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਔਰ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪੂਰੀ ਵਾਰਦਾਤ ਜਿਹੜੀ ਮੇਲੇ ਤੇ ਜਾਣ ਨੂੰ ਲੈ ਕੇ ਹੋਈ, ਦੋਸਤ ਦੇ ਪਿਤਾ ਨੇ ਮਨਾ ਕੀਤਾ ਤਾਂ ਕੁਝ ਮੁੰਡਿਆਂ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਘਰ ਦੇ ਵਿੱਚ ਆ ਕੇ ਆਪਣੇ ਦੋਸਤ ਦੇ ਪਿਤਾ ਨੂੰ ਕਤਲ ਕੀਤਾ ਗਿਆ। ਤਾਂ ਪੁੱਤ ਦੇ ਦੋਸਤਾਂ ਨੇ ਘਰ ਆ ਕੇ ਆਪਣੇ ਹੀ ਦੋਸਤ ਦਾ ਪਿਤਾ ਮਾਰ ਦਿੱਤਾ, ਢਿੱਡ ਦੇ ਵਿੱਚ ਕਿਰਚ ਮਾਰੀ, ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਇਹ ਮਾਮਲਾ ਅਜਨਾਲਾ ਦੇ ਪਿੰਡ ਤਲਵੰਡੀ ਭਾਂਗਵਾਂ ਤੋਂ ਸਾਹਮਣੇ ਆਇਆ। ਸਰ, ਮੁੰਡਿਆਂ ਤੋਂ ਕੋਈ ਗੱਲ ਹੋਈ ਆ? ਉਹ ਮੁੰਡੇ ਇਹਨਾਂ ਦੇ ਘਰੇ ਆਣ ਕੇ ਜੋਗਿੰਦਰ ਸਿੰਘ ਦੇ ਪੈ ਗਏ ਜੀ, ਤੇ ਉਹ ਜੋਗਿੰਦਰ ਸਿੰਘ ਦੇ ਕਿਰਚ ਮਾਰ ਕੇ ਉਹਦਾ ਔਨ ਦੀ ਸਪੋਟ ਡੈਥ ਹੋ ਗਈ ਜੀ। ਇੱਕ ਗੁਰਮੀਤ ਸਿੰਘ ਦੇ ਲੱਗੀ ਆ ਜੀ ਕਿਰਚ, ਉਹ ਜੇਰੇ ਇਲਾਜ ਗੁਰੂ ਨਾਨਕ ਹਸਪੀਟਲ ਦਾਖਲ ਆ ਜੀ। ਹਾਂਜੀ, ਆਹ ਗੱਲ ਹੋਈ ਜੋ ਤੇ ਹੁਣ ਕੀ ਮੰਗ ਕਰਦੇ ਜੀ? ਹੁਣ ਮੰਗਿਆ ਜੀ ਇਹਨਾਂ ਦੇ ਨੱਥ ਪਾਈ ਜਾਵੇ ਜੀ, ਇਹਨਾਂ ਦੇ ਸਜ਼ਾ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ। ਸਰ, ਇਹ ਵੀ ਬੇਟੇ ਦੋਵੇਂ ਸਕੂਲ ਲਾਗੇ ਸਰਕਾਰੀ ਐਲੀਮੈਂਟਰੀ ਸਕੂਲ ਆ 10ਵੀਂ ਕਲਾਸ ਦਾ, ਉੱਥੇ ਦੋਵੇਂ ਬੇਟੇ ਇਕੱਠੇ ਪੜ੍ਹਦੇ ਆ। ਅਤੇ ਜਿਹੜਾ ਕੀ ਨਾਮ ਪੜਦਾ ਵਿਸ਼ਾਲ, ਉਹਨੇ ਫੋਨ ਕੀਤਾ ਵੀ ਹੈਪੀ ਤੂੰ ਕਿੱਥੇ ਆ? ਇਹਨੇ ਆਖਿਆ ਮੈਂ ਘਰੇ ਹੀ ਹਾਂ, ਇਹ ਚੱਲ ਚੱਲੀਏ। ਅਤੇ ਉਹ ਨਹਾਉਣ ਡਿਆ ਕਿਤੇ ਅਤੇ ਉਹਦੇ ਡੈਡੀ ਨੇ ਚੁੱਕ ਲਿਆ ਜੋਗਿੰਦਰ ਸਿੰਘ ਨੇ। ਕਹਿੰਦਾ ਵੀ ਕੌਣ ਤੁਸੀਂ ਬੋਲਦੇ ਜੇ? ਆਉਂਦਾ ਵੀ ਅਸੀਂ, ਤੂੰ ਕੀ ਆਖਣਾ ਵਾ ਉਹਨੂੰ? ਉਹਨਾਂ ਕਰਾ ਗੱਲ ਹੈ ਪੀਣਾ। ਉਹ ਆਉਂਦਾ ਵੀ ਤੁਸੀਂ ਬਦਮਾਸ਼ ਜਿਹੜੇ ਜੀ ਇੱਥੇ ਆ ਜਾਓ, ਹਾਂ ਮੇਰੇ ਘਰੇ ਹੀ। ਫਿਰ ਕੀ ਆ ਜੀ? ਹਾਂਜੀ, ਫਿਰ ਕੀ ਆ ਜੀ? ਫਿਰ ਆਹ ਮੇਰੇ ਕੋਲ ਆ ਜਾਓ ਘਰੇ ਹੀ। ਉਹ ਘਰੇ ਆ ਗਏ ਤਾਂ ਆਣ ਕੇ ਉਹ ਗੱਲਬਾਤ ਹੁੰਦਾ, ਮੈਂ ਪਿਛਲੇ ਬੰਨੇ ਨਿਕਲਿਆ, ਮੇਰੇ ਪਿਛਲੇ ਬੰਨੇ ਘਰ ਆ ਇਹਨਾਂ ਦਾ, ਤਾਂ ਮੈਂ ਵੇਖਣ ਡਿਆ ਅਤੇ ਇਕੱਠੇ ਹੋਏ ਤਾਂ ਉਹ ਸੈਕਟਰੀ ਸਾਹਿਬ ਨੂੰ ਮੈਂ ਲੈ ਕੇ ਉੱਤੋਂ ਦੀ ਮੇਨ ਗਲੀ ਦੇ ਵਿੱਚ ਉਹਦੀ ਗਏ ਉਹਦੇ ਘਰ, ਅਤੇ ਜਾਂਦਿਆਂ ਨੂੰ ਖਲੋਤੇ ਮੈਂ ਵੀਰ ਜੀ ਜੇ ਸਾਡੇ। ਹਾਂਜੀ, ਫਿਰ ਕੀ ਹੋਇਆ ਜੀ? ਫਿਰ ਉਹਨੇ ਕਿਰਚਾਂ ਮਾਰਨੀਆਂ ਸ਼ੁਰੂ ਕਰਤੀਆਂ ਇਹਨੂੰ ਜੋਗਿੰਦਰ ਸਿੰਘ ਨੂੰ, ਤਾਂ ਉਹ ਬੋਸ਼ ਹੋ ਕੇ ਡਿੱਗੇ ਮੁੜ ਗਏ, ਅਤੇ ਸੈਕਟਰੀ ਸਾਹਿਬ ਨੇ ਇੱਕ ਨੂੰ ਫੜਿਆ ਅਤੇ ਸੈਕਟਰੀ ਸਾਹਿਬ ਦੇ ਵੱਜ ਗਈਆਂ ਨੇ। ਹਾਂਜੀ, ਮੁੜ ਕੇ ਉਹ ਬੂਹਾ ਖੋਲ੍ਹ ਕੇ ਅਸੀਂ ਦਰਵਾਜ਼ਾ ਢੋਇਆ ਸੀ, ਵੀ ਇੱਕਦਮ ਢੋਣ ਲੱਗੇ ਤਾਂ ਉਹ ਛਾਲਾਂ ਮਾਰ ਕੇ ਕੋਈ ਜਿਸ ਤਰ੍ਹਾਂ ਵੀ ਨਿਕਲ ਗਏ, ਜਿਸ ਤਰ੍ਹਾਂ ਨਿਕਲਿਆ ਗਿਆ ਨਾ ਉਹ। ਅਤੇ ਹੁਣ ਕੀ ਹੋਇਆ ਜੀ? ਹਾਂਜੀ, ਡੈਥ ਹੋ ਗਈ ਉਹਦੀ ਜੋਗਿੰਦਰ ਸਿੰਘ ਦੀ। ਦੂਜੇ ਵੀ ਜਿਹੜੇ? ਹਾਂਜੀ, ਦੂਜਾ ਇੱਕ ਫੜਿਆ ਗਿਆ ਨਾ ਜਿਹੜਾ, ਉਹ ਤਾਂ ਹਾਂਜੀ ਗੁਰੂ ਨਾਨਕ ਹੀ ਹੈ। ਸਾਨੂੰ 3:30 ਵਜੇ ਕਰੀਬ ਪਹੁੰਚਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਵਜ਼ੀਰ ਕੰਟਰੋਲ ਰੂਮ
ਅਤੇ ਪਿੰਡ ਜਿਹੜਾ ਹੈਗਾ ਤਲਵੰਡੀ ਭੰਗਵਾਂ ਉੱਥੇ ਝਗੜਾ ਹੋਇਆ ਅਤੇ ਮੌਕੇ 'ਤੇ ਪਹੁੰਚੋ। ਅਸੀਂ ਉੱਥੇ ਮੌਕੇ 'ਤੇ ਗਏ ਹਾਂ ਅਤੇ ਉੱਥੇ ਜਿਹੜਾ ਜੋਗਿੰਦਰ ਸਿੰਘ ਨਾਮੀ ਵਿਅਕਤੀ ਉਹ ਇੰਜਰਡ ਹੋਇਆ, ਇੱਕ ਗੁਰਮੀਤ ਸਿੰਘ ਨਾਮੀ ਵਿਅਕਤੀ ਇੰਜਰਡ ਹੋਇਆ, ਜਿਨ੍ਹਾਂ ਨੂੰ ਉਹਨਾਂ ਦੇ ਮਤਲਬ ਘਰਦਿਆਂ ਵੱਲੋਂ ਜਿਹੜਾ ਹੈਗਾ ਇਲਾਜ ਵਾਸਤੇ ਹੋਸਪਿਟਲ ਲੈ ਕੇ ਗਏ ਸੀ। ਅਤੇ ਉਹਨੀ ਦੇਰ ਨੂੰ ਅਜੇ ਸਾਨੂੰ ਬਾਅਦ ਵਿੱਚ ਫੋਨ ਆ ਗਿਆ ਵੀ ਉਹਦੀ ਜਿਹੜਾ ਜੋਗਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਆ, ਉਹਦੀ ਡੈਡ ਬੋਡੀ ਜਿਹੜੀ ਆ ਅਜਨਾਲਾ ਹੋਸਪਿਟਲ 'ਚ ਆ ਗਈ ਹੈ। ਇਹ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਆ, ਇਨਵੈਸਟੀਗੇਸ਼ਨ ਚੱਲ ਰਹੀ ਆ। ਅਤੇ ਇਹਨਾਂ ਪਤਾ ਲੱਗਾ ਵੀ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ, ਉਹਦਾ ਮਾਮਾ ਸੁੱਖ ਆ, ਇਹਨਾਂ ਦੀ ਕੋਈ ਬੱਚਿਆਂ 'ਤੇ ਮੇਲੇ ਮੁਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ, ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਉੱਥੋਂ ਕਲੀਅਰ ਹੋਏ। ਮੁਕੱਦਮਾ ਦਰਜ ਕੀਤਾ ਜਾ ਰਿਹਾ ਜੀ, ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਅਤੇ ਉਹਨਾਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਅਤੇ ਕਾਰਵਾਈ ਕੀਤੀ ਜਾ ਰਹੀ।